ਆਹ ਲੈ ਰਿਹਾ ਜੀ ਗੁਰਵਿੰਦਰ ਆਫ ਰੋਡਿੰਗ ਦਾ ਨਜ਼ਾਰਾ। ਤੇ ਤੁਸੀਂ ਆਹ ਚਾਰੇ ਪਾਸੇ ਦੇਖੋ ਕਿਆ ਖੂਬਸੂਰਤ ਨਜ਼ਾਰਾ ਯਾਰ। ਇਹ ਤਾਂ ਨਾ ਬਸ ਸਿਰਾ ਹੀ ਲੱਗਿਆ ਪਿਆ, ਇਹ ਬਿਆਨ ਹੀ ਨਹੀਂ ਕਰ ਸਕਦੇ। ਉਹ ਪਿੱਛੋਂ ਤਕਰੀਬਨ ਵੀ 1.5 ਕਿਲੋਮੀਟਰ ਤੋਂ ਅਸੀਂ ਅਸੀਂ ਆ ਰਹੇ ਹਾਂਗੇ। ਭਾਈ ਮਜ਼ਾ ਆਉਂਦਾ ਯਾਰ, ਹੈਨਾ, ਆਹ ਸਵਾਦ ਆ ਗਿਆ ਆਫ-ਰੋਡਿੰਗ ਦਾ ਵੀ ਕੀੜਾ ਨਿਕਲ ਗਿਆ। ਇਹ ਮਨ ਜੇ ਚ ਰਹੀ ਨੀ ਵੀ ਯਾਰ ਆਫ-ਰੋਡਿੰਗ ਹੋਈ ਨੀ, ਸਾਰੀ ਪੱਥਰ ਹੀ ਪੱਥਰ ਹੈ। ਹਾਂ ਹਾਂ ਇੱਧਰ ਟਾਇਰ ਵੀ ਮਤਲਬ ਕੱਟਣ ਦਾ ਡਰ ਹੈ ਉੱਦਾਂ ਤਾਂ। ਉਹ ਰੋਡ ਪਿੱਛੇ ਜੇ ਵਧੀਆ ਆਇਆ ਸੀਗਾ, ਪਰ ਚੱਲ ਕੋਈ ਨਹੀਂ। ਉਹ ਆਫ ਰੋਡਿੰਗ ਕਰਨ ਤੋਂ ਬਾਅਦ ਜੀ ਆਹ ਰੋਡ ਤਾਂ ਬਾਹਲੀ ਵਧੀਆ ਆ ਗਈ ਸੀ, ਮਤਲਬ ਤੁਸੀਂ ਐਂ ਲਾ ਲਓ ਵੀ 100-110 'ਤੇ ਵੀ ਆਏ ਹਾਂ ਅਸੀਂ ਪਿੱਛੋਂ। ਬਾਕੀ ਤੁਸੀਂ ਦੇਖ ਹੀ ਸਕਦੇ ਹੋ ਰੋਡ ਕਿੰਨੀ ਸਾਫ਼ ਹੈ। ਇਹ ਟੈਂਪਰੇਚਰ ਹੋ ਗਿਆ 22 ਡਿਗਰੀ ਬਾਹਰ, ਗਰਮੀ ਲੱਗਣ ਲੱਗ ਗਈ ਹੁਣ ਤਾਂ। ਅਤੇ ਬਸ ਇੱਕ ਮੈਪ ਦਿਖਾ ਰਿਹਾ, ਵੈਸੇ ਕਿ ਨੈਟਵਰਕ ਤਾਂ ਚੱਲ ਨਹੀਂ ਰਿਹਾ, ਬਟ ਉੱਦਾਂ ਜਿਵੇਂ ਮੈਪ 'ਤੇ ਆਪਾਂ ਨੂੰ ਦਿਖਦਾ ਰਹਿੰਦਾ ਵੀ ਰੋਡ ਵਗੈਰਾ, ਬਸ ਆਹੀ ਇੱਕ ਮੋੜ ਦਿਖ ਰਿਹਾ, ਬਾਕੀ ਤਾਂ ਅੱਗੇ ਸਿੱਧਾ ਦਿਖ ਰਿਹਾ। ਅਤੇ ਜੇ ਰੋਡ ਐਵੇਂ ਰਿਹਾ ਫਿਰ ਤਾਂ ਉਮੀਦ ਆ ਵੀ ਬਹੁਤ ਛੇਤੀ ਪਹੁੰਚ ਜਾਂਗੇ। ਅਤੇ ਸਾਨੂੰ ਨਾ ਜਿਵੇਂ 190 ਕਿਲੋਮੀਟਰ ਦਿਖਾ ਰਿਹਾ ਸੀ ਪਿੱਛੋਂ ਮੈਂਗੋਂਗ ਲੇਕ, ਪਰ ਜਦੋਂ ਅਸੀਂ ਇਹ ਰੋਡ 'ਤੇ ਚੜ੍ਹੇ ਉੱਥੇ ਬੋਰਡ ਲੱਗਿਆ ਹੋਇਆ ਸੀ, ਵੱਡਾ ਬੋਰਡ, ਉਹ 'ਤੇ ਲਿਖਿਆ ਹੋਇਆ ਸੀ 109 ਕਿਲੋਮੀਟਰ। ਅਤੇ ਜੇ 109 ਕਿਲੋਮੀਟਰ ਇਹ ਫਿਰ ਤਾਂ ਬਾਹਲੀ ਵਧੀਆ ਗੱਲ ਹੋ ਜਾਣੀ ਹੈ, ਕਿਉਂਕਿ 109 ਕਿਲੋਮੀਟਰ ਜੇ ਰੋਡ ਦੇ ਹਿਸਾਬ ਨਾਲ, ਚਲੋ ਆਪਾਂ ਇਹ ਰੋਡ ਨਾ ਕੰਸਿਡਰ ਕਰੀਏ ਵੀ ਇੰਨੀ ਸਾਫ਼ ਰੋਡ ਹੋਊਗੀ, ਫਿਰ ਵੀ ਤੁਸੀਂ ਐਂ ਲਾ ਲਓ ਵੀ ਜੇ 50 ਦੀ ਸਪੀਡ 'ਤੇ ਆਵਾਂ ਤਾਂ 2 ਘੰਟੇ 'ਚ ਪਹੁੰਚ ਜਾਵਾਂਗੇ, ਮਤਲਬ 3:30-4 ਵਜੇ ਤੱਕ। ਅਤੇ ਜੋ ਬਾਹਲੀ ਵਧੀਆ ਗੱਲ ਹੋਊ, ਸਾਨੂੰ ਤਾਂ ਐਂ ਸੀ ਵੀ ਕਿਤੇ ਹਨੇਰਾ ਪੈ ਜਾਣਾ ਵੀ 6 ਵੱਜ ਹੀ ਜਾਣੇ ਆ, ਪਰ ਬਾਕੀ ਹਲੇ ਦੇਖਦੇ ਹਾਂ, ਹਲੇ ਤਾਂ ਪਿਆ ਰਸਤਾ, ਕੀ ਪਤਾ ਅੱਗੇ ਇਹੋ ਜਿਹਾ ਹੋਊਗਾ ਕਿ ਨਹੀਂ ਹੋਊਗਾ, ਇਹ ਵੀ ਨਹੀਂ ਪਤਾ ਨਾ ਹਲੇ। ਅਤੇ ਪਰ ਤੁਹਾਨੂੰ ਅਪਡੇਟ ਦਿੰਦੇ ਰਹਾਂਗੇ, ਜੁੜੇ ਰਹੋ ਆਪਣਾ। ਅਤੇ ਜਿਹੜੇ ਨਵੇਂ ਆਏ ਹੋ ਭਾਈ ਸਬਸਕ੍ਰਾਈਬ ਕਰੋ, ਨਾਲੇ ਲਾਈਕ ਕਮੈਂਟ ਸ਼ੇਅਰ ਕਰੋ, ਅਤੇ ਜਿਹੜੇ ਜਿਹੜੇ ਆਉਣਾ ਚਾਹੁੰਦੇ ਉਹ ਵੀ ਦੱਸੋ, ਅਤੇ ਜੇ ਕਿਸੇ ਨੂੰ ਇਨਫੋਰਮੇਸ਼ਨ ਹੋਰ ਚਾਹੀਦੀ ਹੋਈ ਤਾਂ ਕਮੈਂਟ ਕਰਕੇ ਪੁੱਛ ਲਿਓ, ਅਤੇ ਆਈ ਐਮ ਮੋਰ ਦੈਨ ਹੈਪੀ ਟੂ ਪ੍ਰੋਵਾਈਡ ਇਟ। ਅਤੇ ਰੂਟ ਮੈਂ ਨਾਲ ਨਾਲ ਹਰ ਬਲੌਗ ਦੇ ਵਿੱਚ ਮੈਂ ਮੈਪ ਪਾਊਂਗਾ ਵੀ ਕਿਹੜਾ ਕਿਹੜਾ ਰੂਟ ਅਸੀਂ ਫੋਲੋ ਕੀਤਾ ਤੁਹਾਡੀ ਮਤਲਬ ਹੈਲਪ ਲਈ, ਮਤਲਬ ਤੁਹਾਡੇ ਰੈਫਰੈਂਸ ਲਈ, ਜਿੰਨੀਆਂ ਕੁ ਗਲਤੀਆਂ ਅਸੀਂ ਕੀਤੀਆਂ ਤਾਂ ਤੁਸੀਂ ਨਾ ਕਰ ਸਕੋ। ਹਾਂ, ਕਿਉਂਕਿ ਬਹੁਤ ਰੋਡ ਬੰਦ ਸੀਗੇ ਅਤੇ ਉੱਥੇ ਕਿਸੇ ਨੇ ਕੋਈ ਬੋਰਡ ਨਹੀਂ ਲਗਾਇਆ, ਬਸ ਪੁੱਛ ਪੁੱਛ ਕੇ ਹੀ ਜਾਣਾ ਪੈਂਦਾ। ਅਤੇ ਬਸ ਇਹੀ ਹੈ ਵੀ ਇੱਕ ਜੇ ਬੋਰਡ ਲੱਗੇ ਹੋਣ ਤਾਂ ਬਾਹਲੀ ਵਧੀਆ ਗੱਲ ਹੋ ਜਾਵੇ। ਹੁਣ ਜਿਵੇਂ ਅਸੀਂ ਇੱਥੇ ਫੇਰ ਉਲਝ ਚੁੱਕੇ ਹਾਂ, ਹਾਂ ਵੀ ਸਾਨੂੰ ਉੱਧਰ ਬੋਰਡ ਦਿਸ ਰਿਹਾ ਹੈਗਾ ਅਤੇ ਸਾਨੂੰ ਪਤਾ ਨਹੀਂ ਅਸੀਂ ਜਾਣਾ ਕਿ ਨਹੀਂ ਜਾਣਾ ਇੱਧਰ, ਪਰ ਸਾਨੂੰ ਲੱਗਦਾ ਵੀ ਇੱਧਰ ਹੀ ਹੋਊਗਾ, ਪਰ ਫਿਰ ਵੀ ਕੋਈ ਨਹੀਂ, ਇਹ ਤਾਂ ਨੇੜੇ ਹੀ ਆ, ਇੱਥੋਂ ਤਾਂ ਮੁੜ ਜਾਵਾਂਗੇ, ਕੋਈ ਚੱਕਰ ਨਹੀਂਗਾ। ਗਰਮੀ ਲੱਗਣ ਲੱਗ ਗਈ ਕਿਉਂਕਿ ਬਾਹਰ ਟੈਂਪਰੇਚਰ ਜ਼ਿਆਦਾ। ਸਹੀ ਤਾਂ ਹੈ, ਪੁੱਛ ਲਾਂਗੇ ਇੱਕ ਵਾਰ ਨਾ ਕਿਸੇ ਤੋਂ, ਉਹ ਮੈਪ ਦੇਖਦੇ ਉੱਥੇ ਬੋਰਡ ਲੱਗਿਆ ਹੋਇਆ ਨਾ, ਬੋਰਡ ਅੱਛਾ ਅੱਗੇ।
ਪੈਂਗੋਂਗ ਇੱਧਰ ਹੈ, ਇੱਧਰ ਖੜਕੂ ਲੇਹ 107 ਰਹਿ ਗਿਆ, ਇੱਧਰ ਪੈਂਗੋਂਗ ਪਤਾ ਨਹੀਂ ਕਿੰਨਾ ਖੋਣਾ, ਇੱਧਰ ਰੋਡ ਇੱਧਰ ਵੀ ਸਾਫ਼ ਹੈ, ਖੜਦੇ ਯਾਰ ਪੁੱਛ ਲੈਣ, ਆਹ ਦੇਖਾ ਬੋਰਡ ਲਿਖਿਆ ਪਿਆ ਪੈਂਗੋਂਗ ਸੋ, ਹਾਂ ਹਾਂ ਉਹਦੇ ਰੋਡ ਅੱਗੇ ਫੇਰ ਵਧੀਆ ਆ ਗਿਆ ਨਾ, ਰੋਡ ਸਹੀ ਲੱਗ ਰਿਹਾ ਇੱਥੇ ਮੈਪ ਤੇ ਜੀ। ਆਪਾਂ ਰਹਿ ਗਏ ਜੀ ਸਾਰਾ 80 ਕੁ ਕਿਲੋਮੀਟਰ ਪੈਂਗੋਂਗ ਲੇਹ ਤੋਂ, ਅਤੇ ਇੱਥੇ ਥੋੜ੍ਹਾ ਜਿਹਾ ਰੁਕੇ ਸੀ ਅਸੀਂ ਫਨ ਸ਼ਨ ਕਰਨ, ਵੀ ਪਾਣੀ ਜੇ 'ਚ ਜਾ ਕੇ ਦੇਖੀਏ ਮਾੜਾ ਮੋਟਾ, ਅਤੇ ਆਹ ਸ਼ੋਕ ਰਿਵਰ ਹੈ, ਆਹ ਵੇਖੋ ਤੁਸੀਂ ਨਜ਼ਾਰਾ ਵੇਖੋ, ਗੱਡੀ ਕਰਤੀ ਆਪਾਂ ਪਾਰਕ ਉੱਥੇ, ਅਤੇ ਆਹ ਹੈਗੀ ਸ਼ੋਕ ਰਿਵਰ। ਉਹ ਤਾਂ ਗਈ ਗੱਡੀ ਹੈ ਯਾਰ, ਪਾਣੀ ਠੰਡਾ ਹੋਣਾ ਨਾ ਬਹੁਤ ਜ਼ਿਆਦਾ, ਪਾਣੀ ਸਾਫ਼ ਕਿੰਨਾ ਯਾਰ, ਉਹ ਇਹਦਾ ਵਾਟਰਪਰੂਫ ਵੀ ਹੈ ਆਪਾਂ ਹੈਂ ਟਰਾਈ ਕਰਕੇ ਦੇਖ, ਹਾਂ ਛੱਡ ਕੇ ਜਾਏਗਾ, ਹਾਂ ਹੌਸਲਾ ਬਾਈ ਮੁੰਡੇ ਨੇ ਹੌਸਲਾ ਕੱਢ ਤਾਂ ਲਿਆ ਪਰ ਡਰ ਲੱਗ ਰਿਹਾ ਉਹਨੂੰ, ਅਜੇ ਵੀਡੀਓ ਕੀ ਬਣੀ ਆ, ਬਣੀ ਨਹੀਂ ਤਦ ਨਾ, ਦੇਖੋ ਜੀ ਦੁਬਾਰਾ ਟੈਸਟ ਕਰਦੇ ਹਾਂ ਆਪਾਂ, ਕਹਿੰਦੇ ਆਈਫੋਨ 14 ਪ੍ਰੋ ਵੀ ਵਾਟਰ ਪਰੂਫ ਹੈ, ਕੀ ਬਣਿਆ ਚੱਲ ਰਿਹਾ, ਚੱਲ ਤਾਂ ਰਿਹਾ, ਗੰਦਲਾ ਪਾਣੀ ਹੈ ਇੱਥੇ, ਉੱਥੇ ਸਾਲਟ ਮਿਕਸ ਹੈ ਵਿੱਚ ਨਾ, ਕੁਝ ਵੀ ਕਹਿੰਦਾ ਇੱਥੇ ਗੰਦਲੇ ਬਣਦੀ ਹੈ ਪਾਣੀ ਬਣਦੀ ਹੈ, ਤਦਨ ਦੇ ਫੋਟੋ ਵਿੱਚ ਯਾਰ ਵਿਊ ਕਿੰਨਾ ਸੋਹਣਾ ਨਾ, ਬਸ ਇੱਥੇ ਥੋੜਾ ਜਿਹਾ ਨਿਹਾਰ ਕੇ ਜੀ ਖੂਬਸੂਰਤੀ ਨੂੰ, ਫਿਰ ਆਪਾਂ ਚੱਲਦੇ ਹਾਂ ਅੱਗੇ ਅਤੇ ਰਸਤੇ 'ਚ ਤੁਹਾਨੂੰ ਦਿਖਾਉਂਦੇ ਜਾਂਦੇ ਹਾਂ ਫਿਰ। ਆਹ ਯਾਰ ਕਿਵੇਂ ਪੱਥਰ ਜਿਹਾ ਕੱਟ ਕੇ, ਪਹਾੜ ਜਿਹਾ ਕੱਟ ਕੇ ਬਣਾਇਆ ਹੋਇਆ ਰੋਡ, ਜਮੇ ਹੀ ਸਿੱਧਾ ਖੜਾ, ਜਮੇ ਹੀ ਸਿੱਧਮ ਸਿੱਧਾ, ਇਹ ਤਾਂ ਐਂ ਲੱਗਦਾ ਜਿਵੇਂ ਕਿਸੇ ਵੇਲੇ ਵੀ ਥੱਲੇ ਆ ਸਕਦਾ, ਪਰ ਖੜਾ ਦੇਖੋ ਸਟੇਬਿਲਿਟੀ ਦੇਖੋ ਕਿਵੇਂ ਇਹਦੀ, ਆਹ ਵੇਖੋ ਜੀ ਸਾਰੇ 50 ਕੁ ਕਿਲੋਮੀਟਰ ਪੈਂਗੋਂਗ ਲੇਕ ਤੋਂ, ਅਤੇ ਉਮੀਦ ਆ ਵੀ ਘੰਟੇ 'ਚ ਘੰਟੇ ਨਹੀਂ ਡੇਢ ਘੰਟੇ 'ਚ ਤਾਂ ਆਪਾਂ ਪਹੁੰਚ ਹੀ ਜਾਵਾਂਗੇ, ਮਤਲਬ 4:30-5 ਵਜੇ ਤੱਕ, ਅਤੇ ਥੋੜ੍ਹਾ ਰੁਕੇ ਸੀਗੇ ਅਤੇ ਮੈਂ ਕਿਹਾ ਚਲੋ ਨਾਲੇ 2 ਮਿੰਟ ਲੱਤਾਂ ਨੂੰ ਆਰਾਮ ਦੇ ਦੀ, ਨਾਲੇ ਗੱਡੀ ਨੂੰ ਥੋੜ੍ਹਾ ਦਮ ਮਿਲ ਜੂਗਾ,
ਤੇ ਹਾਲਤ ਤੁਹਾਡੇ ਸਾਹਮਣੇ ਹੀ ਹੈ ਗੱਡੀ ਦੀ। ਆਹ ਵੇਖੋ ਕਿਵੇਂ ਗੱਚ ਹੋਈ ਪਈ ਆ, ਤੇ ਨਾਲੇ ਦੇਖੋ ਤੁਸੀਂ ਸਰਾਊਂਡਿੰਗ। ਆਹ ਪੁਲ ਕ੍ਰੋਸ ਕਰਕੇ ਆਏ ਹਾਂ ਆਪਾਂ ਇੱਧਰ। ਆਹ ਵੇਖੋ ਕਿਆ ਬਾਤ ਹੈ ਜੀ, ਕਿਆ ਬਾਤ ਹੈ, ਕਿਆ ਬਾਤ ਹੈ। ਆਹ ਹੈਗਾ ਜੀ ਨਜ਼ਾਰਾ ਪੈਂਗੋਂਗ ਲੇਕ ਵੱਲ ਦਾ। ਆਪਾਂ ਆ ਗਏ ਹਾਂ ਜੀ ਤੁਰਬਕ, ਇੱਥੇ ਆਰਮੀ ਬੇਸ ਕੈਂਪ ਹੈਗਾ ਨਾਲੇ, ਅਤੇ ਇੱਥੋਂ ਪੈਂਗੋਂਗ ਲੇਕ ਰਹਿ ਗਿਆ ਸਾਰਾ 40 ਕਿਲੋਮੀਟਰ। ਅਤੇ ਸਵੇਰ ਦਾ ਕੁਛ ਨਹੀਂ ਖਾਧਾ ਅਸੀਂ, ਅਤੇ ਬਸ ਇੱਥੇ ਖਾਣਾ ਹੁਣ ਵੀ ਨਹੀਂ ਵੈਸੇ ਕੁਛ, ਕਿਉਂਕਿ ਰਸਤੇ 'ਚ ਅਸੀਂ ਚਿਪਸ ਵਗੈਰਾ ਹੀ ਖਾਂਦੇ ਆਏ ਸੀਗੇ, ਨਮਕੀਨ ਵਗੈਰਾ ਅਤੇ ਆਪਣਾ ਸੋਰੀ ਕਿਆ ਚੀਜ਼ ਮਕੈਨਿਕ ਮਕੈਨਿਕ ਤੋਂ ਮੁਝੇ ਤੋਂ ਨਹੀਂ ਪਤਾ ਹੋਗਾ, ਲੋਕਲ ਸੇ ਪੁੱਛਣਾ ਪੜੇਗਾ ਆਪਕੋ। ਅਤੇ ਬਾਈ ਦੀ ਬਾਈਕ ਖਰਾਬ ਹੋ ਗਈ ਅਤੇ ਮਕੈਨਿਕ ਪੁੱਛਦਾ ਸੀ, ਮੈਂ ਕਿਹਾ ਵੀ ਪਤਾ ਨਹੀਂ ਆਪਾਂ ਤਾਂ। ਅਤੇ ਹਾਂਜੀ ਮੈਂ ਦੱਸ ਰਿਹਾ ਸੀਗਾ ਵੀ ਇੱਥੋਂ 40 ਕਿਲੋਮੀਟਰ ਹੈਗਾ ਪੈਂਗੋਂਗ ਲੇਕ, ਅਤੇ ਉੱਥੇ ਅਕੋਮੋਡੇਸ਼ਨ ਦਾ ਹੈਗਾ ਪ੍ਰਬੰਧ, ਅਤੇ ਘੰਟੇ ਕੁ ਦੀ ਲਾ ਲਓ ਵੀ ਤੁਸੀਂ ਆਪਣੀ ਰਹਿੰਦੀ ਆ। ਅਤੇ ਆਹ ਇੱਦਾਂ ਦਾ ਹੈਗਾ ਦੁਰਪਕ ਸ਼ਹਿਰ, ਉੱਧਰੋਂ ਆਇਆਂਗੇ ਅਸੀਂ ਜਿੱਧਰੋਂ ਗੱਡੀ ਆ ਰਹੀ ਆ ਉੱਧਰੋਂ, ਅਤੇ ਆਪਾਂ ਇੱਧਰ ਨੂੰ ਜਾਣਾ ਹੈਗਾ ਪੈਂਗੋਂਗ ਲੇਕ ਵੱਲ ਨੂੰ। ਅਤੇ ਇੱਧਰ ਨੂੰ ਰਸਤਾ ਪਤਾ ਨਹੀਂ ਕਿਸ ਸਾਈਡ ਨੂੰ ਜਾਂਦਾ ਹੈ। ਅਤੇ ਆਹ ਦੇਖੋ ਸੋਹਣਾ ਕਿੰਨਾ ਬਣਾਇਆ ਹੋਇਆ ਯਾਰ, ਰੈਸਟੋਰੈਂਟ ਵਗੈਰਾ ਬਹੁਤ ਨੇ ਇੱਥੇ, ਤੁਸੀਂ ਕਿਤੇ ਵੀ ਮਤਲਬ ਕਿਸੇ ਵੀ ਰੈਸਟੋਰੈਂਟ ਦੇ ਵਿੱਚ ਖਾ ਸਕਦੇ ਹੋ ਮਤਲਬ। ਬਹੁਤ ਸੋਹਣਾ ਬਣਾਇਆ ਹੋਇਆ ਯਾਰ ਏਰੀਆ, ਆਹ ਵੇਖੋ ਜੀ ਲੱਗਦਾ। ਪਹਿਲਾਂ ਆਊਗਾ ਤਾਂਗਸੇ, ਅਤੇ ਤਾਂਗਸੇ ਤੋਂ ਫਿਰ ਬਾਅਦ 'ਚੋਂ ਆਊਗਾ ਪੈਂਗੋਂਗ। ਦੇਖੋ ਕਿੰਨੇ ਢਾਬੇ ਹੈਗੇ ਇੱਥੇ, ਕਿਸੇ 'ਤੇ ਵੀ ਖਾ ਸਕਦੇ ਹਾਂ। ਅਤੇ ਉਹ ਉਸ ਤੋਂ ਪਿੱਛੇ ਹੈਗਾ ਜਿਹੜਾ ਆਪਣਾ ਆਰਮੀ ਬੇਸ ਕੈਂਪ ਹੈ ਇੱਥੇ ਦੁਰਬੁਕ ਦੇ ਵਿੱਚ, ਕੰਸਟਰਕਸ਼ਨ ਵਗੈਰਾ ਵੀ ਚੱਲ ਰਹੀ ਹੈ ਇੱਥੇ। ਦੁਰਬੁਕ ਤੋਂ ਚੱਲਿਆਂ ਨੂੰ ਜੀ ਆਪਾਂ ਨੂੰ ਹੋਇਆ ਸਾਰੇ 10 ਕੁ ਮਿੰਟ, ਉੱਥੋਂ 40 ਕਿਲੋਮੀਟਰ ਰਹਿੰਦਾ ਸੀ। ਅਤੇ ਹੁਣ ਤੁਸੀਂ ਐਂ ਲਾ ਲਓ ਵੀ ਜਿਹਾ ਜਿਹਾ ਤੁਸੀਂ ਰੋਡ ਦੇਖ ਰਹੇ ਹੋ 20 ਕਿਲੋਮੀਟਰ ਰਹਿ ਗਿਆ ਸਾਰਾ, ਅਤੇ 22 ਮਿੰਟਾਂ 'ਚ ਕਹਿੰਦਾ ਵੀ ਪਹੁੰਚ ਜਾਣਾ ਹੈ। ਅਤੇ ਸਾਰੇ ਰੋਡ 'ਤੇ ਐਵੇਂ ਸਾਈਡਾਂ 'ਤੇ ਸੋਲਰ ਲਾਈਟਾਂ ਲੱਗੀਆਂ ਹੋਈਆਂ ਜਿਹੜੀਆਂ ਕਿ ਲੱਗਦਾ ਵੀ ਰਾਤ ਨੂੰ ਜਗਣਗੀਆਂ। ਅਤੇ ਜੇ ਐਵੇਂ ਰੋਡ ਰਿਹਾ ਫਿਰ ਤਾਂ ਬਾਹਲਾ ਹੀ ਵਧੀਆ ਲੱਗ ਜੂ। ਅਤੇ ਬਾਕੀ ਵਿਊ ਤਾਂ ਤੁਸੀਂ ਦੇਖ ਹੀ ਰਹੇ ਹੋ। ਅਤੇ ਆਪਾਂ ਫਿਰ ਜੇ ਮੰਨ ਲਓ ਇਹੀ ਰੋਡ ਐਵੇਂ ਰਿਹਾ ਤਾਂ ਫਿਰ ਆਪਾਂ ਦੁਰਬਕ ਜਾਂ ਫਿਰ ਉਹਤੋਂ ਥੱਲੇ ਜਾਣ ਦੀ ਕੋਸ਼ਿਸ਼ ਕਰਾਂਗੇ ਸਟੇਅ ਕਰਨ ਦੀ, ਕਿਉਂਕਿ ਫਿਰ ਨੀਚੇ ਆਉਣਾ ਜਿੰਨਾ ਨੀਚੇ ਆਵਾਂਗੇ ਓਨਾ ਹੀ ਫਾਇਦਾ, ਕਿਉਂਕਿ ਫਿਰ ਕੱਲ੍ਹ ਨੂੰ ਨਹੀਂ ਜ਼ਿਆਦਾ ਫਿਰ ਸਫ਼ਰ ਜ਼ਿਆਦਾ ਹੋ ਜੂਗਾ ਅਤੇ ਉਹ ਔਖੇ ਹੋਵਾਂਗੇ ਫਿਰ। ਪੈਂਗੋਂਗ ਲੇਕ ਤੁਹਾਨੂੰ ਦੱਸਿਆ ਸੀ ਵੀ ਆਪਾਂ 20 ਕੁ ਮਿੰਟਾਂ 'ਚ ਹੀ ਆ ਗਏ।
ਪਾਉ ਜੀ ਸਾਹਮਣੇ ਸਾਰਾ ਕੁਝ ਮੰਤਲ ਲੱਗਦਾ ਹਾਂ ਬਹੁਤ ਵੱਡੀ ਆ ਯਾਰ ਲੇਕ ਦੇਖੀ ਬੋਟਿੰਗ ਵਗੈਰਾ ਵੀ ਹੈ ਬਾਈ ਹਾਂ ਸੈਲਫੀ ਪੁਆਇੰਟ ਇੱਧਰ ਹੈ ਪਹਿਲਾਂ ਪਤਾ ਕਿ ਜਾਣਾ ਸੀ ਆਪਾਂ ਇੱਧਰ ਥੱਲੇ ਉੱਤਰ ਨਹੀਂ ਸਕਦੇ ਕਿਤੇ ਨਾ ਕਿਤੇ ਕੋਈ ਤਾਂ ਰੂਟ ਹੋਊਗਾ ਆਪਾਂ ਪਹੁੰਚ ਗਏ ਜੀ ਉਹ ਪੁਆਇੰਟ 'ਤੇ ਜਿੱਥੇ ਥ੍ਰੀ ਇਡੀਅਟ ਸ਼ੂਟ ਹੋਈ ਸੀ ਉਹ ਸਕੂਟਰ ਖੜ੍ਹਾ ਉੱਧਰ ਥ੍ਰੀ ਇਡੀਅਟਸ ਵਾਲਾ ਜਿੱਥੇ ਆਪਣਾ ਆਮਿਰ ਖਾਨ ਆਇਆ ਸੀਗਾ ਉਹ ਖੜੇ ਗੱਡੀ ਅੱਗੇ ਜਾ ਕੇ ਹਾਂ ਉੱਥੇ ਖੜਾਈਏ ਫਾਈਨ ਮੋੜ ਆਪਾਂ ਪਹੁੰਚ ਗਏ ਜੀ ਪੈਂਗੋਂਗ ਲੇਕ ਅਤੇ ਗੱਡੀ ਕਰਤੀ ਆਪਾਂ ਪਾਰਕ ਅਤੇ ਆਹ ਵੇਖੋ ਵਿਊ ਪੁਆਇੰਟ ਇੰਨੇ ਕੁ ਬਣਾਏ ਹੋਏ ਨਾ ਇਹਨਾਂ ਨੇ ਆਹ ਵੇਖੋ ਸਕੂਟਰ ਕਿਵੇਂ ਖੜਾਇਆ ਲੈਣਾ 'ਚ ਬਾਕੀ ਉੱਧਰ ਵੀ ਆ ਯਾਰ ਲੇਕ ਬਹੁਤ ਵੱਡੀ ਆ ਇਹ ਸਭ ਤੋਂ ਹਾਈਐਸਟ ਲੈਵਲ 'ਤੇ ਬਣੀ ਹੋਈ ਹੈ ਇਹ ਫਰੈਸ਼ ਵਾਟਰ ਲੇਕ ਵਰਲਡ ਦੀ ਕਹਿ ਸਕਦੇ ਹਾਂ ਆਪਾਂ ਆਹ ਵੇਖੋ ਖੜਾ ਰੱਖਿਆ ਸਕੂਟਰ ਆਹ ਫੋਟੋ ਖਿਚਾਉਣ ਨੂੰ ਦੇਖੋ ਥ੍ਰੀ ਇਡੀਅਟਸ ਆ ਅਸੀਂ ਤਾਂ ਸੋਚਿਆ ਸੀ ਗੱਡੀ ਲੈ ਕੇ ਜਾਵਾਂਗੇ ਥੱਲੇ ਪਰ ਗੱਡੀ ਵਾਲਾ ਕੋਈ ਰਸਤਾ ਜਾ ਦਿਖਦਾ ਨਹੀਂ ਸਾਨੂੰ ਜਾ ਕਿਤੇ ਹੋਰ ਹੋਊਗਾ ਉਹ ਕਿਉਂਕਿ ਲੰਬੀ ਬਹੁਤ ਹੈ ਇੱਧਰ ਨੂੰ ਰਸਤਾ ਬਹੁਤ ਲੰਬਾ ਹੈ ਉਹ ਦੂਰ ਦੂਰ ਤੱਕ ਹੁਣ ਪਤਾ ਨਹੀਂ ਕਿੱਥੇ ਕੁ ਜਾ ਕੇ ਗੱਡੀ ਲਿਜਾ ਸਕਦੇ ਹੋਵਾਂਗੇ ਪਰ ਕੋਈ ਚੱਕਰ ਨਹੀਂ ਇੱਥੇ ਨਾ ਹੋਇਆ ਹੋਵੇ ਉਹ ਸ਼ੂਟ ਲੱਗਦਾ ਇੱਥੇ ਨਾ ਹੋਵੇ ਵਿੱਚ ਵਿਚਾਲੇ ਜੇ ਜਾਂਦਾ ਹੁੰਦਾ ਨਾ ਸਕੂਟਰ ਲੈ ਕੇ ਸ਼ਾਇਦ ਮੈਂ ਵੀ ਇੱਥੇ ਹੋਇਆ ਹੋਵੇ ਉਹ ਸ਼ੂਟ ਹੈਨਾ ਕਿਉਂਕਿ ਉਹ ਵਿੱਚ ਜੇ ਬੈਠਾ ਹੁੰਦਾ ਹੈਗਾ ਅਤੇ ਵਿੱਚ ਦੀ ਸਕੂਟਰ ਲੈ ਕੇ ਜਾਂਦੇ ਹੁੰਦੇ ਆ ਬਈ ਵਾਕਈ ਸ਼ਾਨਦਾਰ ਵਿਊ ਇੱਥੋਂ ਦਾ ਉਹ ਦੇਖੋ ਉੱਧਰ ਬਰਫ਼ ਪਹਾੜਾਂ 'ਤੇ ਬਰਫ਼ ਜੰਮੀ ਹੋਈ ਇੱਥੇ ਹੀ ਹੋਟਲ ਵਗੈਰਾ ਵੀ ਮਿਲ ਜਾਣਗੇ ਤੁਹਾਨੂੰ ਤੁਸੀਂ ਸਟੇਅ ਵੀ ਕਰ ਸਕਦੇ ਹੋ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਿਵੇਂ ਦਾ ਲੱਗਿਆ ਇੱਥੇ ਠੰਡ ਬਹੁਤ ਹੋਈ ਪਈ ਆ 7 ਡਿਗਰੀ ਟੈਂਪਰੇਚਰ ਆ ਆਪਾਂ ਵੀ ਕਰਾਵਾਂਗੇ ਫੋਟੋਆਂ ਵਗੈਰਾ ਇੱਥੇ ਹੁਣ ਫੋਟੋ ਸ਼ੂਟ ਕਰਨ ਤੋਂ ਬਾਅਦ ਆਪਾਂ ਨਿਕਲ ਗਏ ਸੀ ਜੀ ਪੈਂਗੋਂਗ ਲੇਕ ਤੋਂ ਅਤੇ ਰਸਤੇ 'ਚ ਥੋੜ੍ਹੇ ਡਰੋਨ ਸ਼ੋਟ ਜਿਹੇ ਲਏ ਆ ਅਤੇ ਉਮੀਦ ਕਰਦਾ ਤੁਹਾਨੂੰ ਵਧੀਆ ਲੱਗਣਗੇ ਉਹ ਸ਼ੋਟ ਅਤੇ ਹੁਣ ਆਪਾਂ ਸੋਚਿਆ ਵੀ ਆਪਾਂ ਵਾਪਸ ਹੀ ਜਾਂਦੇ ਹਾਂ ਆਪਾਂ ਪੈਂਗੋਂਗ ਲੇਕ ਨਹੀਂ ਰੁਕਣਾ ਕਿਉਂਕਿ ਜਿਵੇਂ ਆਪਣਾ ਪਲੈਨ ਸੀ ਵੀ ਉੱਥੇ ਸਟੇਅ ਕਰਾਂਗੇ ਪਰ ਜਿਵੇਂ ਸਾਨੂੰ ਰੋਡ ਵਧੀਆ ਲੱਗੀ ਤਾਂ ਇਹ ਸੋਚਿਆ ਆਪਾਂ ਥੱਲੇ ਹੀ ਚੱਲੀਏ ਹੁਣ ਕਿਉਂਕਿ ਕੱਲ੍ਹ ਵਾਲਾ ਰਸਤਾ ਕੁਛ ਤਾਂ ਕਵਰ ਹੋਊਗਾ ਹੀ ਰਾਤ ਹੀ ਕੱਟਣੀ ਆ ਤਾਂ ਆਪਾਂ ਕਿਤੇ ਹੋਰ ਕੱਟ ਲਵਾਂਗੇ ਅਤੇ ਹੁਣ ਸਾਨੂੰ ਇਹੀ ਆ ਵੀ ਦੁਰਦੁੱਖ ਤਾਂ ਪਹੁੰਚ ਹੀ ਜਾਣਾ ਅਤੇ ਉਹ ਤੋਂ ਥੱਲੇ ਦੇਖਦੇ ਹਾਂ ਜੀ ਕਿੰਨਾ ਕੁ ਥੱਲੇ ਜਾ ਸਕਦੇ ਆਪਾਂ ਮਨਾਲੀ ਵਾਲੇ ਰੂਟ 'ਤੇ ਜਾਣਾ ਹੁਣ ਅਤੇ ਚਲੋ ਜੀ ਫਿਰ ਆਪਾਂ ਜਿੱਥੇ ਵੀ ਸਟੇਅ ਕੀਤੀ ਹੁਣ ਤੁਹਾਨੂੰ ਉੱਥੇ ਦੱਸਾਂਗੇ ਅਤੇ ਵੀ ਕਿੱਥੇ ਆਪਾਂ ਸਟੇਅ ਕਰੀ ਅਤੇ ਕਿੰਨੇ ਵਜੇ ਆਪਾਂ ਪਹੁੰਚੇ